ਬਲਾਕ ਸਮਿਤੀ ਦੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ, ਮੈਂ ਸਮਝਦਾ ਵੀ ਇਹ ਜਿਹੜਾ ਦਿਨ ਸੀ ਪੰਜਾਬ ਵਾਸਤੇ ਕਾਲੇ ਅੱਖਰਾਂ 'ਚ ਲਿਖਿਆ ਜਾਣ ਵਾਲਾ ਦਿਨ ਹੈ। ਇੰਨੀ ਡੈਮੋਕ੍ਰੇਸੀ ਕਿ ਜਿਹੜੀ ਮੁੱਢਲੀ ਡੈਮੋਕ੍ਰੇਸੀ ਹੈ ਉਹਦੀ ਇੰਨੀ ਹੱਤਿਆ ਕੀਤੀ ਗਈ ਹੈ, ਜਿਹੜੀ ਕਿ ਸਰਕਾਰ ਵੱਲੋਂ ਅਫਸਰਾਂ ਦੇ ਰਾਹੀਂ, ਪੁਲਿਸ ਦੇ ਰਾਹੀਂ, ਪੁਲਿਸ ਦਾ ਦੁਰਉਪਯੋਗ ਕਰਕੇ, ਇਹ ਕਮਾਲ ਦੀਆਂ ਨੇ। ਸਾਰੇ ਪੰਜਾਬ ਦੇ ਵਿੱਚ ਕਦੇ ਪਹਿਲੀ ਵਾਰ ਹੋਇਆ ਇਹ 70 ਸਾਲਾਂ ਦੇ ਇਤਿਹਾਸ ਦੇ ਵਿੱਚ ਕਿ ਬੰਦੇ ਜਿੱਤ ਕੇ ਤੁਰੇ ਗਏ। ਵਿਧਾਨੀਆਂ ਕਾਂਗਰਸੀਆਂ ਨੇ ਦਿੱਤੀਆਂ, ਅਫਸਰਾਂ ਨੇ ਕਹਿ ਤਾ, ਜਾ ਕੇ ਬੰਦੇ ਨੇ ਆਪਦੇ ਰੰਗ ਰੁੰਗ ਪਾ ਲਏ, ਹਾਰ ਪਾ ਲਏ, ਉਦੋਂ ਬਾਅਦ ਰਾਤ ਨੂੰ ਵੀ ਤਾਂ ਲਿਸਟਾਂ ਲੱਗੀਆਂ, ਜਿਹੜੇ ਜਿੱਤੇ ਹੋਏ ਸੀ ਉਹ ਹਰੇ ਦਿਖਾਤੇ। ਇਹ ਤਾਂ ਅੱਜ ਤੱਕ ਕਦੇ ਕਿਤੇ ਇਤਿਹਾਸ ਦੇ ਵਿੱਚ ਨਹੀਂ ਹੋਇਆ। ਜਿੰਨੀ ਬੇਨਿਜ਼ਮੀ ਐਰਕੀ ਹੋਈ ਹੈ, ਪੋਲਿੰਗਾਂ 'ਚੋਂ ਸਾਡੇ ਏਜੰਟਾਂ ਨੂੰ ਕੱਢਤਾ, ਇਲੈਕਸ਼ਨ ਏਜੰਟਾਂ ਨੂੰ ਕੱਢਤਾ, ਕੋਲੇ ਬਕਸ਼ਾਂ ਦੇ ਬੈਠਣ ਨਹੀਂ ਦਿੱਤਾ, ਕਾਂਗਰਸੀ ਮੋਬਾਈਲ ਵੀ ਲਈ ਫਿਰਦੇ ਸੀ ਅੰਦਰ, ਪੈਨਸਲਾਂ ਵੀ ਸਾਡੇ ਬੰਦੇ ਨੂੰ ਪੈਨਸਲ ਤੱਕ ਅੰਦਰ ਨਹੀਂ ਲਿਜਾਣ ਦਿੱਤੀ ਵੋਟਾਂ ਲਿਖਣ ਦੀ ਖਾਤਰ, ਇੰਨੀਆਂ ਜਾਤੀਆਂ ਹੋਈਆਂ। ਫਿਰ ਡਿਕਲੇਅਰ ਹੋ ਗਈਆਂ ਸੀਟਾਂ, ਆਪ ਡਿਕਲੇਅਰ ਕਰਤੀਆਂ, ਅਤੇ ਰਾਤ ਨੂੰ ਜਦੋਂ ਸਾਰਾ ਦਿਨੇ ਜਸ਼ਨ ਮਨਾਈ ਗਏ, ਕਾਂਗਰਸੀ ਵੀ ਕਹਿੰਦੇ ਵੀ ਠੀਕ ਹੈ ਅਸੀਂ ਹਾਰ ਗਏ, ਅਤੇ ਰਾਤ ਨੂੰ ਲਿਸਟਾਂ ਲੱਗ ਗਈਆਂ ਤਾਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਦੋਨੇ ਬਲਾਕ ਸਮਿਤੀ ਦੇ ਭਗਤੇ 'ਤੇ ਫੂਲ ਦੀਆਂ, ਕਾਂਗਰਸ ਪਾਰਟੀ ਜਿੱਤ ਗਈ। ਉਸ ਵੇਲੇ ਜਦੋਂ ਸ਼ੁਰੂ 'ਚ ਹਲੇ ਸਾਰੀ ਗਿਣਤੀ ਤਾਂ ਹੋਈ ਹੋਈ ਨਹੀਂ ਸੀ, 15-15 ਸੀਟਾਂ ਨੇ ਦੋਨਾਂ ਦੀਆਂ, 6 ਦੀਆਂ ਫੂਲ ਦੀ ਗਿਣਤੀ ਹੋ ਗਈ ਸੀ, 6ਾਂ 'ਚੋਂ 4 ਅਸੀਂ ਜਿੱਤ ਗਏ ਸੀ, 2 ਉਹ ਜਿੱਤ ਗਏ ਸੀ। ਭਗਤੇ ਦੀਆਂ ਦੋ ਦੀ ਹੋਈ ਸੀ ਗਿਣਤੀ, ਹਲੇ ਦਿਆਲਪੁਰਾ ਮਿਰਜ਼ਾ ਅਤੇ ਗੁਮਟੀ ਦੋਨੇ ਅਸੀਂ ਜਿੱਤ ਗਏ ਸੀ, ਬਾਕੀ ਤਾਂ ਫਿਰ ਉਹਨਾਂ ਨੇ ਰਾਜਰਾ ਜੋ ਕੀਤਾ ਘਪਲਾ ਸਾਨੂੰ ਨਹੀਂ ਪਤਾ ਕਿਵੇਂ ਕੀਤਾ, ਸਾਰੀਆਂ 'ਚ ਠੱਗੀ ਕੀਤੀ ਆ। ਹੋ ਸਕਦਾ 2-3 ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਜਿਹੜੇ ਪਿੰਡਾਂ 'ਤੇ ਕਬਜ਼ੇ ਕੀਤੇ ਇਹਨਾਂ ਨੇ ਬੂਥਾਂ 'ਤੇ, ਉਹਨਾਂ ਨੂੰ ਤਾਂ ਕੁਛ ਨਹੀਂ ਕਹਿੰਦੇ, ਦੂਜੀਆਂ ਅਸੀਂ ਜਿੱਤਾਂਗੇ ਅਸੀਂ ਪਹਿਲਾਂ ਵੀ ਕਿਹਾ ਸੀ। ਅਸੀਂ 1992-93 ਤੋਂ ਲੈ ਕੇ ਲਗਾਤਾਰ ਬਲਾਕ ਸਮਿਤੀ ਅਸੀਂ ਜਿੱਤੇ ਆਏ ਹਾਂ, ਕਦੇ ਕਾਂਗਰਸ ਜਿੱਤੀ ਨਹੀਂ। ਕੋਰ ਕਮੇਟੀ ਦੀ ਮੀਟਿੰਗ ਤਾਂ ਅੱਜ ਕਾਫੀ ਏਜੰਡਿਆਂ ਦੇ ਉੱਤੇ ਸੀ, ਮੇਨ ਏਜੰਡਾ ਅੱਜ ਸੱਦਿਆ ਤਾਂ ਇਸੇ ਕਰਕੇ ਸੀ ਜੋ ਪੰਜਾਬ ਦੇ ਵਿੱਚ ਧਾਂਦਲੀਆਂ ਹੋਈਆਂ ਨੇ, ਗੁੰਡਾਗਰਦੀ ਹੋਈ ਆ, ਉਹਦੇ ਬਾਰੇ ਸੀਗੀ। ਉਹਦੇ ਬਾਰੇ ਫੈਸਲਾ ਇਹ ਹੋਇਆ ਕਿ ਇੱਕ ਤਾਂ ਵਕੀਲਾਂ ਨਾਲ, ਚੰਡੀਗੜ੍ਹ ਉੱਚ ਪਾਏ ਦੇ ਵਕੀਲਾਂ ਨਾਲ ਰਾਏ ਕਰਕੇ ਕਿ ਕੀ ਹੋ ਸਕਦਾ, ਹਾਈਕੋਰਟ ਦੇ ਵਿੱਚ ਰਿਟ ਹੋ ਸਕਦੀ ਹੈ, ਕੀ ਹੋ ਸਕਦਾ, ਇਹ ਜਿਹੜੀਆਂ ਜਾਤੀਆਂ ਹੋਈਆਂ ਅਤੇ ਕੀ ਕਰਨਾ, ਇੱਕ ਜਿਹਨਾਂ ਵਰਕਰਾਂ 'ਤੇ ਸਾਡੇ ਝੂਠੇ ਪਰਚੇ ਦਰਜ ਕੀਤੇ ਆ ਉਹਨਾਂ ਦੀ ਲੜਾਈ ਕਿਵੇਂ ਲੜਨੀ ਹੈ ਪਾਰਟੀ ਨੇ। ਇੱਕ ਸੀਗਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਰਕਰਾਂ ਨੂੰ ਮਿਲਣਗੇ, ਉਹਨਾਂ ਨੂੰ ਜਿਹਨਾਂ ਨਾਲ ਜਾਤੀਆਂ ਹੋਈਆਂ ਨੇ, ਹਾਰੇ ਹੋਏ ਕੈਂਡੀਡੇਟਾਂ ਨੂੰ ਵੀ ਜਾਤੀਆਂ ਨੂੰ, ਹਰ ਇੱਕ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਨਗੇ, ਉਹ ਇਸੇ ਮਹੀਨੇ ਦੇ ਵਿੱਚ ਹੀ ਵਾਰੀ ਵਾਰੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਉਣਗੇ, ਉਹਨਾਂ ਨੂੰ ਮਿਲਣਗੇ ਆ ਕੇ। ਅਤੇ ਨਾਲ ਅਸੀਂ ਇੱਕ ਪਟਿਆਲੇ 7 ਤਰੀਕ ਨੂੰ ਬਹੁਤ ਵੱਡੀ ਜ਼ਬਰ ਵਿਰੋਧੀ ਰੈਲੀ ਕਰ ਰਹੇ ਹਾਂ ਜਿਹੜੀ, ਇਹ ਜੇ ਪੰਜਾਬ 'ਚ ਜੋ ਜਾਤੀਆਂ ਹੋਈਆਂ ਨੇ ਇਹਨਾਂ ਦੇ ਖਿਲਾਫ਼ ਇੱਕ ਪਟਿਆਲੇ ਵੱਡੀ ਜਿਹੜੀ ਉਹ ਰੈਲੀ ਕਰ ਰਹੇ ਹਾਂ। ਨਹੀਂ ਵੇਖੋ, ਸਾਡਾ ਤਾਂ ਜਿਹੜੇ ਉੱਥੇ ਦੋਸ਼ੀ ਹੈ, SDM ਦੋਸ਼ੀ ਹੈ, ਤਹਿਸੀਲਦਾਰ ਦੋਸ਼ੀ ਹੈ, DSP ਦੋਸ਼ੀ ਹੈ, ਅਤੇ ਇੱਕ ਇੱਥੋਂ ਦਾ SP D ਖੰਨਾ ਇਹ ਦੋਸ਼ੀ ਹੈ, ਲੋਕਲ DSP ਗੁਰਪ੍ਰੀਤ। ਸਭ ਤੋਂ ਵੱਡੀ ਗੁੰਡਾਗਰਦੀ ਤਾਂ ਉਹਦੀ ਹੈ, ਜਿੰਨੀਆਂ ਜਾਤੀਆਂ ਉਹਨੇ ਕੀਤੀਆਂ ਉਹਨੂੰ ਤਾਂ ਹੱਦਾਂ ਹੀ ਟਪਾ ਦੀਆਂ। ਹਾਂ ਹਾਂ, ਜੇ ਕੋਰਟ 'ਚ ਹਾਈਕੋਰਟ 'ਚ ਕੇਸ ਕਰਾਂਗੇ ਉੱਥੇ ਪਾਰਟੀਆਂ ਨੂੰ ਬਿਲਕੁਲ ਅਫਸਰਾਂ ਨੂੰ ਨਾਲ ਬੁਲਾਵਾਂਗੇ। ਇੱਕ EVM ਮਸ਼ੀਨਾਂ ਦੀ ਗੱਲ ਕੀਤੀ ਹੋ ਤੁਸੀਂ? ਨਹੀਂ, ਮੈਂ ਜਿਹੜੀ ਵੋਟ ਪਰਚੀ ਨਾਲ ਤਾਂ ਇਰਕੀ ਜਲੂਸ ਹੀ ਨਿਕਲ ਗਿਆ। ਵੇਖੋ, ਚੱਕ ਕੇ ਵੋਟ ਪਰਚੀ ਦਾ ਕੰਮ ਹੀ ਹੈ, 50 ਦੀ ਗੁੱਟੀ ਹੈ, ਇੱਕ ਚੱਕ ਕੇ ਉੱਤੇ ਪੰਜੇ ਵਾਲੀ ਲਾ ਲਓ, ਨੰਜਾ ਥੱਲੇ ਆ, ਨੇੜੇ ਤਾਂ ਕਿਸੇ ਨੂੰ ਬੈਠਣ ਨਹੀਂ ਦਿੱਤਾ, ਜੋ ਮਰਜ਼ੀ ਕਿਹੜਾ ਵਿਖਾਉਣੀ ਹੈ ਵਿਖਾਈ ਨਹੀਂ ਕਿਸੇ ਨੂੰ, ਜੋ ਮਰਜ਼ੀ ਕਰ ਲਓ, ਜੋ ਉਹਦੇ 'ਚ ਪਰਚੀਆਂ ਨੂੰ ਜਿਵੇਂ ਮਰਜ਼ੀ ਮੋਹਰ ਲਾ ਕੇ ਕੈਂਸਲ ਕਰ ਦਿਓ, ਸਾਡੀਆਂ ਵੋਟਾਂ 'ਤੇ 2-2 ਲਾ ਦਿਓ, ਕੈਂਸਲ ਹੋ ਗਈ ਇੱਡੀ ਜਾ, ਇਹ ਤਾਂ ਬਿਲਕੁਲ ਹੀ ਫੇਲ ਹੋ ਚੁੱਕਿਆ ਪਰਚੀ ਸਿਸਟਮ। ਇਹ ਤਾਂ ਇਹ ਵੀ ਮਸ਼ੀਨਾਂ ਹੀ ਚਾਹੀਦੀਆਂ ਨੇ ਸਾਰੀਆਂ, ਵੋਟਾਂ ਤਾਂ ਸਰਪੰਚੀ ਪੰਚੀ ਹੁਣ ਸਾਰੀਆਂ ਉਹਦੇ ਨਾਲ ਹੀ ਪੈਣੀਆਂ ਚਾਹੀਦੀਆਂ। ਮਲੂਕਾ ਸਾਹਿਬ, ਜਿਸ ਤਰੀਕੇ ਨਾਲ ਕੱਲ੍ਹ ਰਿਜ਼ਲਟ ਡਿਕਲੇਅਰ ਕੀਤੇ ਨੇ ਔਰ ਅੱਧੀ ਰਾਤ ਤੱਕ ਰਿਜ਼ਲਟ ਆਉਂਦੇ ਰਹੇ, ਹਾਂ ਹਾਂ, ਤੁਹਾਨੂੰ ਲੱਗਦਾ ਜਿਹੜਾ ਡਿਲੇਡ ਰਿਜ਼ਲਟ ਹੈ ਉਹ ਹੇਰਾ ਫੇਰੀ ਦਾ ਹੀ ਕੰਮ ਹੈ? ਦੇਖੋ, ਇੰਨਾ ਟਾਈਮ ਕਿੰਨਾ ਕੁ ਲੱਗਣਾ ਹੁੰਦਾ ਇੱਕ ਇੱਕ ਪਿੰਡ ਦੀ ਵੋਟ 'ਤੇ? ਸਾਡੇ ਤਾਂ ਨਾ ਇੱਕ ਇੱਕ ਪਿੰਡ ਦੀ ਬਲਾਕ ਸਮਿਤੀ ਸੀ, ਅਤੇ ਚਿਰ ਲੱਗਣ ਵਾਲਾ ਕੋਈ ਕੰਮ ਹੀ ਨਹੀਂ ਸੀਗਾ, ਜਿਹੜਾ ਰਾਤ ਤਾਂ ਹੀ ਕਿਤੇ 2-3 ਵਜੇ 'ਤੇ, ਕਈ ਤੜਕੇ 4 ਵਜੇ 'ਤੇ ਰੱਖੀ ਰੱਖਿਆ, ਉਹ ਹੇਰਾ ਫੇਰੀ ਦੇ ਮਾਰਾ ਨਹੀਂ ਕਰਿਆ, ਬੰਦੇ ਤਾਂ 3:30 ਵਜੇ ਤਾਂ ਕੱਢ ਹੀ ਦਿੱਤੇ, ਗਹਿਰ ਅੰਦਰੋਂ ਗਹਿਰੀ ਦਿੱਤੇ ਸਾਰੇ। ਕਿਹੜੇ ਜਿਵੇਂ ਹੁਣ ਸਾਡੀ ਦਿਆਲਪੁਰਾ ਮਿਰਜ਼ਾ 665 ਵੋਟਾਂ 'ਤੇ ਜਿੱਤੇ, ਕਹਿੰਦੇ ਜੀ ਦੁਬਾਰਾ ਗਿਣਤੀ ਕਰੋ, ਦੁਬਾਰਾ ਗਿਣਤੀ 'ਚ 165 ਲਿਆਏ, 665 'ਚੋਂ 165 ਲਿਆਏ, ਪਰ ਫਿਰ ਵੀ ਉਹਨੂੰ ਕਹਿੰਦੇ ਵੀ ਚੱਲ ਹੁਣ ਤਾਂ ਤੂੰ ਜਿੱਤ ਗਿਆ ਜਾ, ਅਤੇ ਰਾਤ ਨੂੰ ਉਹਦਾ ਵੀ ਉਲਟ ਲੱਗ ਗਿਆ। ਹਾਂ, ਇਵੇਂ ਜੇ ਕਿਹਨਾਂ ਦੀ ਢਪਾਲੀ ਹੈ, 225 ਵੋਟਾਂ 'ਤੇ ਜਿੱਤੇ ਦੋਨੇ ਸੀਟਾਂ ਜਿਹੜੀਆਂ ਸੀਗੀਆਂ, ਘੰਟਾ ਬੰਨੇ ਦੀ ਕਿੰਨੀ ਸੀ? ਘੰਟਾ ਬੰਨੇ 185 ਸੀਗੀਆਂ, ਦੁਬਾਰਾ ਗਿਣਤੀ ਕਰਕੇ ਵੀ ਫਿਰ ਵੀ ਉਹ ਜਾਲੀ ਕੈਂਸਲ ਵੀ ਕਰਕੇ, ਫਿਰ ਜਿਹੜੀ ਇੰਨੀ ਇੰਨੇ ਵੋਟਾਂ 'ਤੇ ਜਿੱਤ ਕੇ ਵੀ ਸਭ ਕੁਛ, ਕਾਂਗਰਸ ਵੀ ਵਧਾਈ ਦੇ ਕੇ ਜਿਹੜੀ ਵੱਡੀ ਗੱਲ ਹੈ, ਫਿਰ ਵੀ ਰਾਤ ਨੂੰ ਲਿਸਟ ਹੋਰਾਂ ਦੀ ਲਾ ਦਿੱਤੀ। ਅੱਛਾ ਮੁਲਕ ਸਾਹਿਬ, ਹੁਣ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜੀ ਸੀਗੀ ਆਪਣਾ ਰਾਮਪੁਰੇ ਕੋਲ ਵਾਲੀ ਆ, ਕਿ ਸਾਰੀਆਂ ਚੁਣਾਵਾਂ ਮੀਡੀਆ ਦੇ ਨਿਗਰਾਨੀ 'ਚ ਹੋ ਜਾਣ, ਅਤੇ ਹਾਂ ਮੈਂ ਇਹ ਕਹਿੰਦਾ ਕਿ ਜੇ ਕਾਂਗਰਸ ਸਮਝਦੀ ਹੈ ਕਿ ਸਾਡੇ ਅਸੀਂ ਜਿੱਤੇ ਹਾਂ 15-15 ਸੀਟਾਂ ਦੋਨੇ ਬਲਾਕ ਸਮਿਤੀਆਂ ਦੀਆਂ, ਕਾਂਗਰਸ ਕਹਿੰਦੀ ਵੀ ਅਸੀਂ ਠੀਕ ਜਿੱਤੇ ਹਾਂ, ਅਕਾਲੀ ਇਵੇਂ ਰੌਲਾ ਪਾਉਂਦੇ ਆ, ਮੈਂ ਕਹਿੰਦਾ ਕਿ ਮੀਡੀਆ ਦੀ ਸਰਪ੍ਰਸਤੀ ਵਿੱਚ ਇਹ ਚੋਣਾਂ ਦੁਬਾਰਾ ਹੋ ਜਾਣ, ਜੇ ਅਸੀਂ ਇਹ ਰਿਜ਼ਲਟ ਆਹੀ ਆ ਗਏ ਜਿਹੜੇ ਹੁਣ ਆਏ ਆ, ਜੇ ਇਹੀ ਰਿਜ਼ਲਟ ਆ ਗਏ ਸਾਡਾ ਟੱਬਰ ਸਾਰਾ ਸਮੇਤ ਮੇਰੇ ਸਿਆਸਤ ਛੱਡ ਦੂਗਾ, ਅਸੀਂ ਕਦੇ ਵੋਟਾਂ 'ਚ ਸਾਂਝੇ ਹੋਣ, ਅਤੇ ਨਹੀਂ ਤਾਂ ਫਿਰ ਗੁਰਪ੍ਰੀਤ ਕਾਂਗਰਸ ਛੱਡੇ ਸਿਆਸਤ ਜੇ ਝੂਠੇ।
ਜੇ ਇਹ ਰਿਜ਼ਲਟ ਆ ਜਾਣ ਇਹਦਾ ਮਤਲਬ ਫਿਰ ਅਸੀਂ ਝੂਠੇ ਐਵੇਂ ਰੌਲਾ ਪਾਉਂਦੇ ਫਿਰਦੇ ਅਤੇ ਫਿਰ ਤਾਂ ਮੈਂ ਇਹਨੂੰ ਨਹੀਂ ਰਹਿਣ ਦੱਸਿਆ ਸੀ ਕੀਤਾ ਕਿ ਜੀ ਉਹ ਸਿਕਿਉਰਿਟੀ ਲੈ ਕੇ ਉੱਥੇ ਗਿਆ ਅਤੇ ਧਮਕਾਇਆ ਬੰਦਾ ਨੇ ਅਤੇ ਕਾਂਗੜ ਨੇ ਤਾਂ ਕਸਰਾਂ ਹੀ ਕੱਢਤੀਆਂ ਕੁੱਟੇ ਬੰਦੇ ਸਾਡੇ ਕਾਂਗੜ ਦੀ ਹਾਲਤ 'ਤੇ ਗੱਡੀਆਂ ਭੰਨਤੀਆਂ ਸਾਰਾ ਕੁਛ ਹੋਇਆ ਉਹਦੇ 'ਤੇ ਪਰਚਾ ਕਿਉਂ ਨਹੀਂ ਹੁੰਦਾ ਫੈਰ ਦੇਖੋ ਤਿੰਨ ਪਿੰਡਾਂ 'ਚ ਫੈਰ ਹੋਏ ਬਕਸਾ ਚੱਕ ਕੇ ਆਪ ਲੈ ਗਏ ਜਿੱਤਣ ਜਿਹੜੇ ਹੁਣ ਉਸ ਅਧਿਆਪਰੇ ਮਿਰਚੇ 'ਚ ਬਕਸੇ ਦੀ ਗੱਲ ਹੈ ਉੱਥੋਂ ਤਾਂ ਸਾਡੀ 650 ਵੋਟ ਵਧੀ ਆ ਅਤੇ ਅਸੀਂ ਬਕਸੇ ਚੱਕਾਂਗੇ ਆਪਦੇ ਜਿਹਦੀ ਜ਼ਿਆਦਾ ਵੋਟ ਚੱਕਦਾ ਤਾਂ ਉਹ ਹੁੰਦਾ ਜਿਹਦੀ ਘੱਟ ਹੋਵੇ ਉਹੀ ਵੋਟਾਂ 'ਚ ਜਾਲੀ ਪਾਉਂਦਾ ਹੁੰਦਾ ਜਿਹਨੂੰ ਡਰ ਹੋਵੇ ਅਤੇ ਅਸੀਂ ਕਿਉਂ ਬਕਸਾ ਚੱਕਾਂਗੇ ਆਪਦਾ ਵੱਧ ਵੋਟਾਂ ਵਾਲਾ ਅਤੇ ਉਲਟਾ ਪਰਚਾ ਸਾਡੇ ਬੰਦੇ 'ਤੇ ਡਾਕੇ ਦਾ ਡਾਕਾ ਰਾਤ ਨੂੰ ਹੁੰਦਾ ਦਿਨੇ ਨਹੀਂ ਹੁੰਦਾ ਡਾਕਾ ਧਾਰਾ ਸਾਤੀ ਡਾਕੇ ਦੀ ਹੈਂਜੀ ਫਿਰ ਕੋਈ ਬੰਦਿਆਂ ਦੀ ਜਿਹੜਾ ਪ੍ਰੈਜ਼ੀਡਿੰਗ ਅਫਸਰ ਦਾ ਬਿਆਨ ਹੈ ਉਹ ਤਾਂ ਕਹਿੰਦਾ ਵੀ ਅਣ ਪਛਾਤੇ ਬੰਦੇ ਸੀਗੇ ਅਤੇ 40-50 ਬੰਦੇ ਇੱਕਦਮ ਬੜੇ ਆ ਕੇ ਅਸੀਂ ਵੀ ਕਹਿੰਦੇ ਬੜੇ ਫਾਇਰ ਕੀਤੇ ਉਹਨਾਂ ਨੇ ਅਤੇ ਬਾਈ ਨੇਮ 10 ਬੰਦਿਆਂ 'ਤੇ ਸਾਡਾ ਜ਼ਿਲ੍ਹਾ ਪੀਸੀ ਦੇ ਕੈਂਡੀਡੇਟ 'ਤੇ ਵੀ ਦੇ ਦਿੱਤਾ ਪਰਚਾ 10 ਬੰਦਿਆਂ ਦੇ ਦਿੱਤਾ 50 ਪਛਾਤੇ ਕਰਕੇ ਬਦਲੀ ਪਾਉਣ ਵਾਲਾ ਤੁਹਾਡੇ ਨਾਲ ਹਾਂ ਬਿਲਕੁਲ ਕੋਈ ਸ਼ੱਕ ਹੈ ਪੜਤਾਲ ਕਰਨੀ ਚਾਹੀਦੀ ਸੀ ਪਰਚਾ ਦਰਜ ਕਰ ਲੈਂਦੀ ਪੁਲਿਸ ਉਦੋਂ ਬਾਅਦ ਪੜਤਾਲ ਕਰਦੀ ਪੜਤਾਲ 'ਚ ਕੋਈ ਦੋਸ਼